ਨਵੰਬਰ 1984 ਦੇ ਸਿੱਖ ਕਤਲੇਆਮ ਨੂੰ ਅੱਜ 33 ਸਾਲ ਬੀਤ ਚੁੱਕੇ ਹਨ, ਪਰ ਪੀੜਤ ਅੱਜ ਵੀ ਇਨਸਾਫ ਲਈ ਦਰ ਦਰ ਦੀ ਠੋਕਰਾਂ ਖਾ ਰਹੇ ਹਨ। 1984 ਵਿੱਚ ਪੈਦਾ ਹੋਏ ਬੱਚੇ ਅੱਜ 33 ਸਾਲ ਦੀ ਉਮਰਾਂ ਨੂੰ ਲੰਘ ਚੁੱਕੇ ਹਨ, ਪਰ ਕਈ ਕਤਲੇਆਮ ਪੀੜਤ ਨੌਜਵਾਨਾਂ ਕੋਲ ਅੱਜ ਵੀ ਰੁਜ਼ਗਾਰ ਦੇ ਪੱਕੇ ਸਾਧਨ ਨਹੀਂ ਹਨ। 12 ਅਗਸਤ 2005 ਨੂੰ ਪਾਰਲੀਮੈਂਟ ਵਿੱਚ ਨਾਨਾਵਤੀ ਕਮਿਸ਼ਨ ਦੀ ਰਿਪੋਰਟ 'ਤੇ ਬਹਿਸ ਦੌਰਾਨ ਡਾਕਟਰ ਮਨਮੋਹਨ ਸਿੰਘ ਨੇ ਭਰੋਸਾ ਦਿੱਤਾ ਸੀ ਕਿ ਕਤਲੇਆਮ ਪੀੜਤ ਜਿਨ੍ਹਾਂ ਨੌਜਵਾਨਾਂ ਨੂੰ ਅਜੇ ਤੱਕ ਨੌਕਰੀਆਂ ਨਹੀਂ ਮਿਲੀਆਂ, ਸਰਕਾਰ ਉਹਨਾਂ ਨੂੰ ਨੌਕਰੀਆਂ ਦੇਵੇਗੀ ਤਾਂ ਕਿ ਉਹ ਅਣਖ ਅਤੇ ਸਵੈਮਾਨ ਨਾਲ ਆਪਣਾ ਜੀਵਨ ਜੀ ਸਕਣ। ਪਰ ਡਾਕਟਰ ਮਨਮੋਹਨ ਸਿੰਘ ਵੱਲੋਂ ਪਾਰਲੀਮੈਂਟ ਵਿੱਚ ਦਿੱਤੇ ਭਰੋਸੇ ਦੇ ਅੱਜ 12 ਸਾਲ ਬਾਅਦ ਵੀ ਕਤਲੇਆਮ ਪੀੜਤ ਸਰਕਾਰੀ ਦਫ਼ਤਰਾਂ ਦੇ ਗੇੜੇ ਲਾ ਲਾ ਕੇ ਥੱਕ ਗਏ ਹਨ, ਪਰ ਨੌਕਰੀਆਂ ਉਹਨਾਂ ਨੂੰ ਅਜੇ ਤੱਕ ਨਹੀਂ ਮਿਲੀਆਂ। ਇਸ ਤਰ੍ਹਾਂ ਦੇ ਹੀ ਸਿੱਖ ਕਤਲੇਆਮ ਦੇ ਪੀੜਤ ਨੌਜਵਾਨ ਅਜੀਤ ਸਿੰਘ ਸਾਡੇ ਨਾਲ ਨੇ, ਜਿਨ੍ਹਾਂ ਨੇ 2006 ਵਿੱਚ ਸਰਕਾਰੀ ਦਫ਼ਤਰ 'ਚ ਨੌਕਰੀ ਵਾਸਤੇ ਦਰਖਾਸਤ ਦਿੱਤੀ ਸੀ, ਪਰ ਹੁਣ 11 ਸਾਲ ਬੀਤਣ ਦੇ ਬਾਵਜੂਦ ਇਹਨਾਂ ਨੂੰ ਕੋਈ ਨੌਕਰੀ ਨਹੀਂ ਮਿਲੀ। ਸਰਕਾਰੀ ਦਫ਼ਤਰਾਂ ਤੋਂ ਕੀ ਜਵਾਬ ਮਿਲਦੇ ਨੇ, ਇਹਨਾਂ ਬਾਰੇ ਅਸੀਂ ਪੁੱਛਦੇ ਹਾਂ ਨੌਜਵਾਨ ਅਜੀਤ ਸਿੰਘ ਹੋਰਾਂ ਕੋਲੋਂ। ਅਸੀਂ 2006 'ਚ ਐਪਲੀਕੇਸ਼ਨ ਦਿੱਤੀ ਸੀ ਦਰਖਾਸਤ ਕਿ ਸਾਨੂੰ ਨੌਕਰੀ ਦਿੱਤੀ ਜਾਵੇ, ਸਾਡੇ ਪਰਿਵਾਰ 'ਚ ਕੋਈ ਨੌਕਰੀ ਨਹੀਂ ਮਿਲੀ 84 ਦੀ ਦੰਗਾ ਪੀਰੀਅਡ ਦੀ, ਅਤੇ ਉਹਨਾਂ ਨੇ ਸਾਨੂੰ ਜਵਾਬ ਦਿੱਤਾ 2009 'ਚ ਕਿ ਐਪਲੀਕੇਸ਼ਨ ਇਹਨਾਂ ਨੇ ਦਿੱਤੀ ਅਪਲਾਈਮੈਂਟ ਕਿ ਤੁਸੀਂ ਆ ਕੇ ਫਾਰਮ ਭਰੋ, ਤੁਹਾਨੂੰ ਨੌਕਰੀ ਦਿੱਤੀ ਜਾਏਗੀ SDM ਆਫਿਸ ਤੋਂ। ਅਸੀਂ ਉਹ SDM ਆਫਿਸ ਜਾ ਕੇ ਨੌਕਰੀ ਭਰਦੇ ਹਾਂ, ਅਤੇ ਉਹਨਾਂ ਨੇ ਸਾਨੂੰ ਇਨਕੁਆਇਰੀਆਂ ਕੀਤੀਆਂ ਸਾਡੇ ਘਰ ਦੇ ਆਸ ਪਾਸ ਆ ਕੇ, ਸਾਡੀ ਛਾਤ ਛਟਾਈ ਕੀਤੀ, ਉਹਨਾਂ ਤੋਂ 50-60 ਬੰਦੇ ਇਹਨਾਂ ਨੇ ਚੁਣੇ ਨੇ ਨੌਕਰੀਆਂ ਦੇ, ਅਤੇ ਐਫੀਡੇਵਿਟ ਮੰਗੇ ਕਿ ਤੁਸੀਂ ਆਪਣੇ ਘਰ ਦੇ ਪਰਿਵਾਰ ਦਾ ਵੇਰਵਾ ਦਿਉ ਕਿੰਨਾ ਪਰਿਵਾਰ ਹੈ ਮੈਂਬਰ ਨੇ, ਅਤੇ ਅਸੀਂ ਸਭ ਕੁਝ ਉਹਨਾਂ ਨੂੰ ਦੇ ਬੈਠੇ ਹਾਂ। ਅੱਜ ਵੀ ਸਾਡੀ ਫਾਈਲਾਂ ਬਣ ਚੁੱਕੀਆਂ ਨੇ, ਔਰ ਅਸੀਂ ਜਾ ਕੇ ਅਗਰ ਪੁੱਛਦੇ ਹਾਂ ਤਾਂ ਸਾਨੂੰ ਫਾਈਲ ਦਾ ਕੋਈ ਜਵਾਬ ਨਹੀਂ ਹੈ, ਅਤੇ ਅਸੀਂ RTA ਲਗਾ ਕੇ ਜਵਾਬ ਪੁੱਛਦੇ ਹਾਂ ਅਤੇ RTA ਦਾ ਸਾਨੂੰ ਇਹ ਜਵਾਬ ਦਿੰਦੇ ਨੇ ਕਿ ਤੁਹਾਡੀ ਫਾਈਲਾਂ ਅਸੀਂ ਢੂੰਡ ਰਹੇ ਹਾਂ। ਅਸੀਂ 13 'ਚ ਵੀ RTI ਲਗਾਈ, 14 'ਚ ਵੀ ਲਗਾਈ ਹੈ, ਅਤੇ ਸਾਨੂੰ ਕੋਈ ਜਵਾਬ ਨਹੀਂ ਦਿੱਤਾ ਜਾ ਰਿਹਾ। ਅੱਜ 12 ਸਾਲ ਹੋ ਗਏ ਨੇ ਇਸ ਨੌਕਰੀਆਂ ਦੀ, ਸਾਡੀ ਅੱਜ ਤੱਕ ਸਾਡੀ ਮੁਹਿੰਮ ਔਰ ਸਾਡੀ ਲੜਾਈ ਲੜਦੇ ਪਏ ਹਾਂ, ਸਾਨੂੰ ਕੋਈ ਇਹਦਾ ਕੋਈ ਰਿਸਪੋਂਸ ਨਹੀਂ ਹੈ, ਨਾ ਕੋਈ ਜਵਾਬ ਹੈ। ਕੇਸਰੀਵਾਲ ਆਫਿਸ ਅਸੀਂ ਗਏ ਸੀ, ਅਸੀਂ ਇਹ RTI ਦਾ ਜਵਾਬ ਉਹਨਾਂ ਨੂੰ ਦੱਸਿਆ ਹੈ ਕਿ ਸਾਨੂੰ ਉਹਨਾਂ ਨੂੰ ਇਹ ਜਵਾਬ ਦਿੱਤੇ ਗਏ ਨੇ, ਪਰ ਉਹਨਾਂ ਨੇ ਵੀ ਸਾਨੂੰ SDM ਆਫਿਸ 'ਚ ਕੇਸਰੀਵਾਲ ਦੇ ਆਫਿਸ ਦੇ ਇੰਦਰਪ੍ਰਸਥ ਜਿੱਥੇ ਅਸੀਂ ਐਪਲੀਕੇਸ਼ਨ ਦਿੱਤੀ ਸੀ ਇਹਨਾਂ ਨੂੰ ਨੋਲੇਜ 'ਤੇ ਪਾਉਣ ਵਾਸਤੇ ਕਿ ਵੀ ਇਹ ਸਾਨੂੰ ਇਹ ਜਵਾਬ ਦਿੱਤੇ ਗਏ ਨੇ, ਅਤੇ ਇਹਨਾਂ ਨੇ SDM ਆਫਿਸ 'ਚ ਦੁਬਾਰਾ ਇਹਨਾਂ ਨੂੰ ਇਹ ਕਹਿ ਸਾਨੂੰ ਦਿੱਤਾ ਗਿਆ ਜਵਾਬ ਕਿ ਅਸੀਂ SDM ਆਫਿਸ 'ਚ ਆਪਣਾ ਜਵਾਬ ਭੇਜ ਦਿੱਤਾ ਗਿਆ ਤੁਹਾਡੀ RTI ਦਾ। ਤੁਸੀਂ ਸਰਕਾਰੀ ਨੌਕਰੀਆਂ ਬਾਰੇ ਕਹਿੰਦੇ ਹੋ ਕਿ ਵੀ ਸਰਕਾਰ ਨੇ ਨੌਕਰੀਆਂ ਨਹੀਂ ਦਿੱਤੀਆਂ, ਪਰ ਕੇਜਰੀਵਾਲ ਸਰਕਾਰ ਦਾ ਕਹਿਣਾ ਕਿ ਵੀ ਉਹ 84 ਕਤਲੇਆਮ ਪੀੜਤਾਂ ਪ੍ਰਤੀ ਪੂਰੀ ਤਰ੍ਹਾਂ ਹਮਦਰਦੀ ਰੱਖਦੀ ਹੈ, ਅਤੇ ਸਰਕਾਰ ਦਾ ਇਹ ਵੀ ਦਾਅਵਾ ਹੈ ਕਿ ਵੀ ਉਸਨੇ ਬਹੁਤ ਸਾਰੇ ਪੀੜਤਾਂ ਨੂੰ 5-5 ਲੱਖ ਰੁਪਏ ਦੀ ਸਹਾਇਤਾ ਰਾਸ਼ੀ ਦਿੱਤੀ ਹੈ। 5 ਲੱਖ ਦੀ ਸਹਾਇਤਾ ਰਾਸ਼ੀ ਦਿੱਤੀ ਹੈ, 5 ਲੱਖ ਸਾਰੀ ਉਮਰ ਨਹੀਂ ਚੱਲਦਾ। ਅਸੀਂ ਚਾਹੁੰਦੇ ਕਿ ਸਾਡੀ ਨੌਕਰੀਆਂ ਦਿੱਤੀਆਂ ਜਾਣ, ਜਿਹੜੇ ਪਰਿਵਾਰ ਰਹਿ ਗਏ ਨੇ ਨੌਕਰੀ ਤੋਂ ਵਿਛੜੇ ਪਏ ਨੇ, ਅਸੀਂ ਉਹ ਨੌਕਰੀ ਚਾਹੁੰਦੇ ਹਾਂ। 5 ਲੱਖ ਦਾ ਮੁਆਵਜ਼ਾ ਕਿੰਨਾ ਟਾਈਮ ਚੱਲੇਗਾ, ਨਾ ਕੋਈ ਰੋਜ਼ਗਾਰ ਸ਼ੁਰੂ ਹੋ ਸਕਦਾ। ਅੱਜ ਦਾ ਜਿਹੜਾ ਸਮਾਂ ਹੈ ਉਹ 5 ਲੱਖ ਨੂੰ ਕੁਛ ਨਹੀਂ ਸਮਝਦਾ, ਉਹਦੇ ਵਾਸਤੇ ਅੱਜ ਨੂੰ ਅੱਜ 5 ਲੱਖ 2 ਮਿੰਟਾਂ 'ਚ ਖਤਮ ਹੋ ਸਕਦਾ ਹੈ। ਪਰ ਸਾਨੂੰ ਨੌਕਰੀ ਉਮਰ ਭਰ ਦੀ ਸਾਡੀ ਰੋਜ਼ੀ ਜਿਹੜੀ ਜੁੜਦੀ, ਅਸੀਂ ਉਹ ਨੌਕਰੀ ਕਰਦੇ ਅਤੇ ਅਸੀਂ ਘਰ ਪਰਿਵਾਰ ਚਲਾ ਸਕਦੇ ਅੱਗੇ ਵਾਸਤੇ, ਸਾਡਾ ਸਮਾਂ ਵੀ ਚੰਗਾ ਲੰਘਦਾ। ਤੁਸੀਂ ਇਲਾਕੇ ਦੇ ਵਿਧਾਇਕ ਸਰਦਾਰ ਜਰਨੈਲ ਸਿੰਘ ਬਾਰੇ ਵੀ ਕੋਈ ਗੱਲ ਕਹੀ ਸੀ ਕਿ ਵੀ ਜਿਹੜੀ ਉਹਨਾਂ ਨੇ ਤੁਹਾਡੀ ਬੇਨਤੀ ਪ੍ਰਵਾਨ ਨਹੀਂ ਕੀਤੀ, ਉਸ ਬਾਰੇ ਦੱਸੋ ਜ਼ਰਾ ਖੁੱਲ੍ਹ ਕੇ। ਅਸੀਂ ਜਰਨੈਲ ਸਿੰਘ ਭਾਅ ਜੀ ਕੋਲ ਵੀ ਗਏ ਹਾਂ, ਚਲੋ ਅਸੀਂ ਸੋਚਿਆ ਜਿੱਤੇ ਨੇ ਸਾਡੇ ਸੁਣਨਗੇ। ਅਸੀਂ ਚਾਹੁੰਦੇ ਹਾਂ ਕਿ ਸਾਡੀ ਨੌਕਰੀਆਂ ਦੀ ਸੁਣਵਾਈ ਕਰਵਾਉਂਦੇ, ਅੱਗੇ ਪਾਰਲੀਮੈਂਟ ਕੁਐਸਚਨ ਵਿੱਚ ਨੋਟਿਸ ਵਿੱਚ ਦਿਵਾਉਂਦੇ, ਉਹਨਾਂ ਨੂੰ ਨੋਲੇਜ ਵਿੱਚ ਦਿਵਾਉਂਦੇ ਕਿ ਜਿਹੜੀ ਨੌਕਰੀਆਂ ਦੇ ਮੁੱਦੇ ਰਹਿ ਗਏ ਨੇ ਬੱਚਿਆਂ ਨੇ, ਜਿਹੜਿਆਂ ਨੂੰ ਮਿਲਣੀਆਂ ਚਾਹੀਦੀਆਂ ਸੀ SDM ਆਫਿਸ 'ਚ, ਇਹਨਾਂ ਨੇ ਫਾਰਮ ਭਰੇ ਨੇ। ਅਸੀਂ ਚਾਹੁੰਦੇ ਸੀ ਉਹ ਸਾਡਾ ਮੁੱਦਾ ਅੱਗੇ ਲੈ ਕੇ ਜਾਣ, ਪਰ ਉਹ ਸਾਡਾ ਮੁੱਦਾ ਅੱਗੇ ਲੈ ਕੇ ਨਹੀਂ ਗਏ, ਔਰ ਸਾਡਾ ਅਜੇ ਤੱਕ ਉਹ ਨੌਕਰੀਆਂ ਦਾ ਜਿਹੜਾ
ਕੰਮ ਹੈ ਸਾਡਾ ਉੱਥੇ ਤੱਕ ਰੁਕਿਆ ਪਿਆ। ਅਸੀਂ ਉਹਨਾਂ ਨੂੰ ਨੋਲੇਜ 'ਤੇ ਪਾਈ ਸੀ ਇਹ ਗੱਲ, ਅਤੇ ਅਸੀਂ ਉਹਨਾਂ ਨੂੰ ਮੇਲ ਵੀ ਕੀਤੀ ਗਈ ਹੈ ਕਿ ਵੀ ਇਹ ਨੌਕਰੀ ਬਾਰੇ ਕੀਤਾ ਜਾਵੇ, ਪਰ ਇਹਨਾਂ ਨੇ ਕੋਈ ਸਾਡੀ ਸੁਣਵਾਈ ਨਹੀਂ ਹੋਈ ਅਜੇ ਤੱਕ।